ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਕੱਲ੍ਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ। ਇਹ ਵੀਡੀਓ ਹੈ ਦੋ ਮੁਲਾਜ਼ਮਾਂ ਦੀ, ਇਹ ਆਪਸ 'ਚ ਬਹਿਸ ਰਹੇ ਨੇ। ਇਹ ਵੀਡੀਓ ਜਿਹੜੀ ਹੈ ਇਹ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ, ਰਣਜੀਤ ਐਵਨਿਊ ਦੀ, ਜਿੱਥੇ ਇੱਕ ਪੁਲਿਸ ਨਾਕਾ ਲੱਗਾ ਹੋਇਆ ਸੀ। ਉਸ ਦੌਰਾਨ ਇੱਕ ਗੱਡੀ ਆਈ ਜਿਸ 'ਤੇ ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ, ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ। ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ। ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਜਾਲੀਆਂ ਲੱਗੀਆਂ ਹੋਈਆਂ ਸਨ ਔਰ ਨਾਕੇ 'ਤੇ ਪੁਲਿਸੀਆਂ ਨੇ ਰੋਕ ਕੇ ਉਸ ਨੂੰ ਜਦੋਂ ਜਾਲੀ ਹਟਾਉਣ ਨੂੰ ਕਿਹਾ, ਗੱਡੀ ਦੀਆਂ ਜਾਲੀਆਂ ਹਟਾਉਣ ਨੂੰ ਕਿਹਾ ਜਾਂ ਲਾਉਣ ਨੂੰ ਕਿਹਾ ਜਾਂ ਚਲਾਨ ਕਰਨ ਨੂੰ ਕਿਹਾ, ਅਤੇ ਅੱਗੋਂ ਜਿਹੜਾ ਥਾਰ 'ਚ ਬੈਠਾ ਮੁਲਾਜ਼ਮ ਸੀ, ਜਿਹੜਾ ਆਪਣੇ ਆਪ ਨੂੰ CIA ਦਾ ਮੁਲਾਜ਼ਮ ਦੱਸ ਰਿਹਾ ਸੀਗਾ, ਉਹ ਕਿਵੇਂ ਨਾਕੇ ਵਾਲੇ ਮੁਲਾਜ਼ਮਾਂ ਤੋਂ ਬਹਿਸ ਰਿਹਾ। ਇਹ ਵੀਡੀਓ ਇਸੇ ਕਰਕੇ ਵਾਇਰਲ ਹੋ ਰਹੀ, ਤੁਸੀਂ ਇਹ ਵੀਡੀਓ ਦੇਖੋ, ਇਹ ਦੱਸੋ ਕਿ ਇਹ ਬਹਿਸਬਾਜ਼ੀ ਜਿਹੜੀ ਹੋ ਰਹੀ ਹੈ ਇਹ ਕਿੰਨੀ ਕੁ ਜਾਇਜ਼ ਹੈ। ਤੁਸੀਂ ਵੀ ਇਹ ਵੀਡੀਓ ਪੂਰੀ ਦੇਖ ਕੇ ਸਾਨੂੰ ਕਮੈਂਟ 'ਚ ਦੱਸੋ ਕਿ ਇਹ ਵੀਡੀਓ ਕਿੰਨੀ ਕੁ ਜਾਇਜ਼ ਹੈ, ਕਿੰਨੀ ਕੁ ਉਹ CIA ਮੁਲਾਜ਼ਮ ਜਿਹੜਾ ਹੈਗਾ ਉਹ ਜਿਹੜਾ ਨਾਕੇ ਦੇ ਮੁਲਾਜ਼ਮਾਂ ਦਾ ਬਹਿਸ ਰਿਹਾ, ਕਿੰਨਾ ਕੁ ਜਾਇਜ਼ ਹੈ। ਮੈਂ CIA ਸਟਾਫ ਇਹਨੇ ਕੰਮ ਕਰਨਾ ਵਾ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾੜੋਗੇ ਮੇਰੀਆਂ। ਕਮਾਲ ਹੋਈ ਤੇਰੇ ਵਾਲੀ, ਤੈਨੂੰ ਕੀ ਕਿਹਾ ਤੂੰ ਬਣਾਈ ਮੇਰੇ।
ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰੋ ਆਪਣੀ ਜਗ੍ਹਾ ਲੱਗ ਜਿਹੜੀ ਮੇਰੀ ਡਿਊਟੀ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਲੱਗੂ ਮੈਂ ਵੀ ਥਾਣੇ ਕੱਟੇ ਆ ਮੈਂ ਸਿੱਧਾ ਨੀ ਇੱਥੇ ਆ ਗਿਆ ਮੈਂ ਲਾਉਣੀ ਆ ਜਿਹੜੀ ਇਨਫੋਰਮੇਸ਼ਨ ਮਿਲਦੀ ਹੋਈ ਆਪਣੀ ਡਿਊਟੀ ਕਰਾਂ ਆਪਰੇਸ਼ਨ ਕਰਨ ਦੇ ਸਾਡੇ ਸਾਨ ਕਰਦੇ ਤੁਸੀਂ ਡਿਊਟੀ ਕਰਦੇ ਓਏ ਬਕਵਾਸ ਥੋੜੀ ਜਿਹੀ ਕੀ ਬਕਵਾਸ ਵਾਲੀ ਕੀ ਗੱਲ ਆ ਕੀ ਬਕਵਾਸ ਵਾਲੀ ਕੀ ਗੱਲ ਆ ਕਰਦਾ ਫਿਰ ਮੈਂ ਡਿਊਟੀ ਸਾਨ ਲਾਣਾ ਲਾਣਾ ਫੋਨ ਜਿੰਨਾ ਲਾਣਾ ਲਾਣਾ ਤੂੰ ਵਡਾਇਆ ਕਿ ਮੈਂ ਬਕਵਾਸ ਵਾਲੀ ਕੀ ਗੱਲ ਕਰਦੇ ਆ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਰਦਾ ਬਕਵਾਸ ਵਾਲੀ ਕੀ ਗੱਲ ਕਰਦੇ ਸਾਨ ਕਰਦੇ ਆ ਇਹ ਡਿਊਟੀ ਆਪਣੀ ਕਰਦੇ ਆ ਕਰਨਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹੜਾ ਫੋਨ ਲਾਣਾ ਲਾਓ ਤੁਸੀਂ ਹੈਲੋ ਲਾਓ ਡਿਊਟੀ ਲਾੜੂ ਫੋਨ ਲਾਓ ਹੈਲੋ ਹਾਂਜੀ ਸਰ ਕੋਈ ਚੱਕਰ ਨੀ ਵੀਡੀਓ ਬਣੀ ਮੇਰੀ ਗੱਲ ਕਰਾਈ ਬਣਾਈ ਜਾਂਦੇ ਇੱਕ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਸਗੋਂ ਤਮਾਸ਼ਾ ਲਾਇਆ ਵਾ ਤੂੰ ਮੁਲਾਜ਼ਮ ਹੋ ਕੇ ਠੀਕ ਆ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਕਿੰਨੀ ਇੱਜ਼ਤ ਦਿੰਦਾ ਤੁਸੀਂ ਕਿੰਨੀ ਇੱਜ਼ਤ ਦਿੰਦੇ ਅਗਲੇ ਨੂੰ ਠੀਕ ਆ ਠੀਕ ਆ ਸਾਨੂੰ ਪਤਾ ਕਿੰਨੇ ਕਿੱਦਾਂ ਬੋਲਣਾ ਕਿੰਨੇ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਹਾਂ ਠੀਕ ਆ ਇਹਦਾ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾੜੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK-47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉੱਤੋਂ ਜਾੜੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿੱਦਾਂ ਕਹਿਤਾ ਉਹ ਤੁਸੀਂ ਧਮਕਾਉਂਦੇ ਮੇਰੇ ਕੋ ਵੀ AK-47 ਹੈਗੀ ਇਹ ਕੀ ਗੱਲ ਮੈਂ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਿਰ ਸਾਰਾ A-Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਵਿਖਾਵਾਂਗੇ ਹਾਂ ਤੁਸੀਂ ਤੇ ਇੱਦਾਂ ਆਕੜਨ ਦੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ
व्हाट्सएप चैनल पर।